ਸਤਿ ਸ਼੍ਰੀ ਅਕਾਲ ਜੀ ਜੀਐਸਟਲੋਂ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਵੀ ਸਭ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਨੂੰ ਗੁੱਡ ਨਿਊਜ਼ ਦੇਣੀ ਆ ਸੀ ਜੋ ਇਟਲੀ ਇਮੀਗ੍ਰੇਸ਼ਨ ਬਾਰੇ ਜਿਨ੍ਹਾਂ ਨੇ ਦਮੰਦੇ ਕੀਤੇ ਹੋਏ ਆ ਤੇ ਜਿਨ੍ਹਾਂ ਨੇ 9 ਮੰਥ ਵਾਲੇ ਦਮੰਦੇ ਕਰ ਰਹੇ ਨੇ ਉਹਨਾਂ ਵਾਸਤੇ ਗੁੱਡ ਨਿਊਜ਼ ਆਈਆਂ ਨੇ ਇੱਕ ਹੋਰ ਗੁੱਡ ਨਿਊਜ਼ ਆਈ ਹੈ ਜੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੋ ਇੱਥੇ ਕੰਮਾਂ ਤੋਂ ਲੋਕਡਾਊਨ ਦੇ ਵਿੱਚ ਫ੍ਰੀ ਹੋ ਗਏ ਨੇ ਕੰਮਾਂ ਤੋਂ ਬਾਂਝੇ ਹੋ ਗਏ ਨੇ ਉਹਨਾਂ ਵਾਸਤੇ ਵੀ ਗੁੱਡ ਨਿਊਜ਼ ਹੋਰ ਤੁਹਾਨੂੰ ਕੱਲ ਆਪਾਂ ਗੁੱਡ ਨਿਊਜ਼ ਦੇਵਾਂਗੇ ਕੱਲ ਵੀਡੀਓ ਡਾਊਨਲੋਡ ਕਰਾਂਗੇ ਸੋ ਇਸ ਲਈ ਜਿਨ੍ਹਾਂ ਵੀਰਾਂ ਨੇ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਦਾ ਬਟਨ ਦਬਾ ਲੈਣ ਤਾਂ ਕਿ ਜਿਹੜੀਆਂ ਮੇਰੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਲਈ ਹੈਲਪਫੁਲ ਹੋ ਸਕਣ ਸੋ ਇਸ ਦੇ ਨਾਲ ਹੀ ਆਪਾਂ ਵੀਡੀਓ ਅੱਗੇ ਸ਼ੁਰੂ ਕਰਦੇ ਹਾਂ ਇਟਲੀ ਦੇ ਪ੍ਰਧਾਨ ਮੰਤਰੀ ਵਿਸੇਪੇ ਕੋਨਤੇ ਜੀ ਨੇ ਕੱਲ ਕਾਨਫਰੰਸ ਕਰਕੇ ਕਿਹਾ ਕਿ ਜੋ ਮਹਾਮਾਰੀ ਦੇ ਕਰਕੇ ਲੋਕੀ ਪ੍ਰਭਾਵਿਤ ਹੋਏ ਨੇ ਉਹਨਾਂ ਲਈ ਇੱਕ ਨਵਾਂ ਪਲਾਨ ਤਿਆਰ ਕਰ ਰਹੇ ਨੇ ਜਿਸ ਤਰ੍ਹਾਂ ਪਹਿਲੇ ਜ਼ੋਨ ਦੇ ਵਿੱਚ ਹਰ ਇੱਕ ਵਰਕਰ ਨੂੰ 700 ਤੋਂ 800 ਯੂਰੋ ਤੱਕ ਦਿੱਤੇ ਗਏ ਸਨ ਜਿਸ ਵਿੱਚ 1.2 ਬਿਲੀਅਨ ਯੂਰੋ ਦਾ ਟਿੱਕਰ ਰੱਖਿਆ ਗਿਆ ਹੈ ਉਸੇ ਤਰ੍ਹਾਂ ਵੱਧਦੀ ਬਿਮਾਰੀ ਨੂੰ ਦੇਖ ਕੇ ਜ਼ੋਨ 2 ਵਿੱਚ ਇੱਕ ਨਵਾਂ ਪਲਾਨ ਲੈ ਕੇ ਆ ਰਹੇ ਹਨ ਵਿਸੇਪੇ ਗੌਂਤੇ ਜੀ ਨੇ ਕਿਹਾ ਕਿ ਇਹ ਸਾਰਾ ਪੈਸਾ ਉਹਨਾਂ ਨੂੰ ਦਿੱਤਾ ਜਾਵੇਗਾ ਜੋ ਕੋਰੋਨਾ ਮਹਾਮਾਰੀ ਦੇ ਨਾਲ ਪ੍ਰਭਾਵਿਤ ਨੇ ਹੁਣ ਆਪਾਂ ਇਟਲੀ ਇਮੀਗ੍ਰੇਸ਼ਨ ਬਾਰੇ ਗੱਲ ਕਰਦੇ ਹਾਂ ਇਟਲੀ ਦੀ ਵਜ਼ੀਰੇ ਦਾਖਲਾ ਨੇ ਕੱਲ ਕਾਨਫਰੰਸ ਵਿੱਚ ਕਿਹਾ ਕਿ 220000 ਲੋਕਾਂ ਨੂੰ ਪੇਪਰ ਦੇਣ ਨਾਲ ਸਰਕਾਰ ਦੇ ਕੋਟੇ ਨੂੰ ਬਹੁਤ ਵੱਡੀ ਮਦਦ ਮਿਲ ਸਕਦੀ ਹੈ 220000 ਲੋਕਾਂ ਨੇ ਦਮੰਦੇ ਕੀਤੇ ਹੋਇਆ ਤੇ ਸਰਕਾਰ ਦਾ ਟੀਚਾ ਵੀ 220000 ਤੱਕ ਦਾ ਸੀ ਉਹਨਾਂ ਨੇ ਕਿਹਾ ਕਿ ਸਾਡੇ ਇਮੀਗ੍ਰੇਸ਼ਨ ਅਧਾਰੇ ਇਸਤੇ ਕੰਮ ਕਰ ਰਹੇ ਨੇ ਕਿ ਸਰਕਾਰ ਵੀ ਚਾਹੁੰਦੀ ਹੈ ਕਿ ਇਸ ਕੰਮ ਨੂੰ ਜਲਦ ਤੋਂ ਜਲਦ ਖਤਮ ਕੀਤਾ ਜਾਵੇ ਅਸੀਂ ਦੱਸਣਾ ਚਾਹੁੰਦੇ ਹਾਂ ਜੋ ਵੀਰ ਲੈਟਰ ਜਾਂ ਈਮੇਲ ਦੀ ਵੇਟ ਕਰ ਰਹੇ ਨੇ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਸਟਾਫ ਘੱਟ ਹੋਣ ਦੇ ਕਰਕੇ ਉਹਨਾਂ ਨੂੰ ਥੋੜਾ ਲੇਟ ਹੋ ਰਹੇ ਨੇ ਹੁਣ ਆਪਾਂ ਗੱਲ ਕਰਦੇ ਹਾਂ 9 ਮੰਥ ਵਾਲੇ ਪੇਪਰਾਂ ਦੀ ਜੋ ਦਮਾਂਦੇ ਹੋ ਰਹੇ ਨੇ ਉਹਨਾਂ ਵੀਰਾਂ ਨੂੰ ਵੀ ਖਿਭਰਾਉਣ ਦੀ ਲੋੜ ਨਹੀਂ 9 ਮੰਥ ਵਾਲੇ ਪੇਪਰਾਂ ਦੇ ਨੂਲੇ ਉਸਤੇ ਵੀ 5 ਜਾਂ 6ਵੇਂ ਮੰਥ ਦੇ ਵਿੱਚ ਮਿਲਣੇ ਸ਼ੁਰੂ ਹੋ ਜਾਣਗੇ ਸੋਨ ਨੇ ਵਿਚਾਰਿਆ ਹੈ ਕਿ ਕਿੰਨੀਆਂ ਸਟੇਟਾਂ ਦੇ ਵਿੱਚ ਉਹ ਪਹਿਲਾਂ ਵੀ ਮਿਲ ਸਕਦੇ ਨੇ ਤੇ ਕਿੰਨੀਆਂ ਵਿੱਚ ਥੋੜਾ ਲੇਟ ਹੋ ਸਕਦੇ ਨੇ ਦੋਸਤੋ ਅੱਜ ਲਈ ਇੰਨਾ ਹੀ ਉਮੀਦ ਹੈ ਕਿ ਸਾਡੀ ਵੀਡੀਓ ਤੁਹਾਡੇ ਲਈ ਹੈਲਪਫੁਲ ਹੋਈ ਹੋਵੇਗੀ ਕੱਲ ਨੂੰ ਫਿਰ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੁਹਾਡਾ ਆਪਣਾ ਜੀਐਸ ਢਿੱਲੋਂ ਮਿਹਨਤ ਮੇਰੀ ਰਹਿਮਤ ਉਸਦੀ ਪਿਆਰ ਆਪ ਸਭ ਦਾ ਧੰਨਵਾਦ ਦੋਸਤੋ